ਤੁਸੀਂ ਤਾਂ ਇੱਦਾਂ ਕਰਦੇ ਸ਼ਰਮਾ ਜੀ, ਜਿਵੇਂ ਕਰੋਨਾ ਜਨਾਨੀਆਂ ਨਾਲ ਹੀ ਫੈਲਿਆ ਹੁੰਦਾ। ਨਹੀਂ ਜੀ ਨਹੀਂ। ਹੋਰ ਕੀ, ਜਦਕਿ ਕਰੋਨਾ ਫੈਲਾਉਣ ਵਿੱਚ ਸਭ ਤੋਂ ਜ਼ਿਆਦਾ ਹੱਥ ਬੰਦਿਆਂ ਦਾ ਹੁੰਦਾ। ਉਹ ਕਿਵੇਂ? ਥਾਂ ਥਾਂ ਤਾਂ ਮੂੰਹ ਮਾਰਦੇ ਫਿਰਦੇ ਆ। ਹੁਣ ਹਰ ਕੋਈ ਬੰਦਾ ਸ਼ਰਮਾ ਜੀ ਵਰਗਾ ਸ਼ਰੀਫ ਤਾਂ ਹੁੰਦਾ ਨੀ ਜਿਹੜਾ ਮੂੰਹ ਮਾਰਨਾ ਤਾਂ ਦੂਰ ਹੱਥ ਵੀ ਨਾ ਮਿਲਾਵੇ। ਸ਼ਰਮਾ ਜੀ ਨੂੰ ਕਿਉਂ ਤੰਗ ਕੀਤਾ? ਇਹਨਾਂ ਨੇ ਅੱਗੇ ਤੁਹਾਡੇ ਨਾਲ ਕਦੇ ਹੱਥ ਮਿਲਾਇਆ? ਦੇਖੋ ਜੀ, ਜੋ ਮਰਜ਼ੀ ਹੋਵੇ, ਇਹ ਤਾਂ ਸਿਫਤ ਹੈ ਸ਼ਰਮਾ ਜੀ ਦੀ, ਪੂਰੇ ਫੈਮਿਲੀ ਮੈਨ ਹੈ। ਹਰ ਘਰ ਵਾਲੀ ਇਹੋ ਜਿਹਾ ਤਾਂ ਘਰ ਵਾਲਾ ਚਾਹੁੰਦੀ ਹੈ।